ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੱਘਾ ਸਵਾਗਤ ਹੈ ਸਾਡੇ ਸਾਰੇ ਪਿਆਰੇ ਅਤੇ ਸੂਝਵਾਨ ਦਰਸ਼ਕਾਂ ਦਾ ਆਓ ਬਣੀਏ ਗੁਰਸਿੱਖ ਪਿਆਰਾ ਕੁਇਜ਼ ਸ਼ੋਅ ਸੀਜ਼ਨ 15 ਦੇ ਥਰਡ ਕੁਆਟਰ ਫਾਈਨਲ ਰਾਊਂਡ 'ਚ ਸਾਡੇ ਪਾਸ ਦੋ ਟੀਮਸ ਇੱਥੇ ਪੁੱਜ ਚੁੱਕੀਆਂ ਹਨ ਟੀਮਸ ਨਾਲ ਕੰਪੀਟੀਸ਼ਨ ਆਰੰਭ ਕਰਨ ਤੋਂ ਪਹਿਲੇ ਇੱਕ ਬੜੀ ਜ਼ਰੂਰੀ ਗੱਲ ਸੰਗਤਾਂ ਦੇ ਨਾਲ ਸਾਡੇ ਸਾਰੇ ਦਰਸ਼ਕਾਂ ਦੇ ਨਾਲ ਸਾਂਝ ਕਰਨੀ ਬਣ ਆਉਂਦੀ ਹੈ ਦ ਸਿੱਖ ਹੋਪ ਚੰਡੀਗੜ੍ਹ ਮੋਹਾਲੀ ਇਹ ਇੱਕ ਅਜਿਹੀ ਸੰਸਥਾ ਹੈ ਜਿਸ ਨੇ ਪਿਛਲੇ 3 ਸਾਲਾਂ ਤੋਂ 2015 ਤੋਂ ਲਗਾਤਾਰ ਪੂਰਨ ਗੁਰਸਿੱਖ ਬੱਚਿਆਂ ਨੂੰ ਸਰਕਾਰੀ ਬੈਂਕਿੰਗ ਅਤੇ ਹੋਰ ਫੀਲਡਸ ਵਿੱਚ ਨੌਕਰੀ ਦਿਲਾਉਣ ਲਈ ਕੋਚਿੰਗ ਆਰੰਭ ਕੀਤੀ ਹੈ ਇਹ ਇੱਕ ਇਤਨਾ ਅੱਛਾ ਉਸਾਰੂ ਅਤੇ ਕੰਸਟਰਕਟਿਵ ਵਰਕ ਹੈ ਜਿਸ ਦੀ ਕੌਮ ਨੂੰ ਅੱਜ ਬੜੀ ਬੜੀ ਲੋੜ ਹੈ ਸਿਰਫ ਅਤੇ ਸਿਰਫ ਸੰਗਤਾਂ ਦੇ ਸਹਿਯੋਗ ਨਾਲ ਇਹੋ ਜਿਹੇ ਪ੍ਰੋਜੈਕਟਸ ਸ਼ੁਰੂ ਹੋ ਸਕਦੇ ਹਨ ਗੁਰਬਾਣੀ ਵੀ ਸਾਨੂੰ ਅਕਲੀ ਦਾਨ ਕਰਨ ਦੀ ਹਦਾਇਤ ਕਰ ਰਹੀ ਹੈ ਅਸੀਂ ਗੁਰੂ ਸਾਹਿਬ ਵੱਲੋਂ ਬਖਸ਼ੇ ਵਿਜ਼ਡਮ ਨੂੰ ਜੇ ਕਿਨਾਰੇ ਕਰ ਦਈਏ ਤਾਂ ਅਸੀਂ ਫਿਰ ਦਿਖਾਵੇ ਦੇ ਕੰਮਾਂ 'ਚ ਨਗਰ ਕੀਰਤਨ ਬੇਤਰਤੀਬੇ ਕੱਢਣੇ ਫੁੱਲਾਂ ਦੀ ਸਜਾਵਟ ਕਰਨੀ ਬਸ ਸਾਡੀ ਸੋਚ ਇਸ ਤੋਂ ਅੱਗੇ ਨਹੀਂ ਵੱਧ ਰਹੀ ਜੇ ਅੱਜ ਕਿਸੇ ਸੰਸਥਾ ਨੇ ਪਹਿਲ ਕੀਤੀ ਹੈ ਇਹੋ ਜਿਹਾ ਉਸਾਰੂ ਕੰਮ ਆਰੰਭ ਕੀਤਾ ਹੈ ਤਾਂ ਹਰ ਗੁਰਸਿੱਖ ਦਾ ਸਾਡੇ ਦਰਸ਼ਕ ਦੇਸ਼ਾਂ ਵਿਦੇਸ਼ਾਂ 'ਚ ਇਹ ਪ੍ਰੋਗਰਾਮ ਦੇਖ ਰਹੇ ਹਨ ਉਹਨਾਂ ਨੂੰ ਸਿਨੇਮਰ ਬੇਨਤੀ ਹੈ ਕਿ ਇਹੋ ਜਿਹੀ ਸੰਸਥਾ ਦੇ ਨਾਲ ਸਹਿਯੋਗ ਕਰੋ ਆਪਣੇ ਲੈਵਲ 'ਤੇ ਇਹੋ ਜਿਹੇ ਕੰਮ ਆਰੰਭ ਕਰ ਸਕੋ ਸੋਨੇ 'ਤੇ ਸੁਹਾਗਾ ਹੈ ਪਰ ਜਿਸ ਸੰਸਥਾ ਨੇ ਸ਼ੁਰੂ ਕੀਤਾ ਹੈ ਉਸਨੂੰ ਜ਼ਰੂਰ ਅਤੇ ਜ਼ਰੂਰ ਕੋਆਪਰੇਟ ਕਰੀਏ ਸੋ ਆਓ ਆਰੰਭ ਕਰਦੇ ਹਾਂ ਅੱਜ ਦਾ ਇਹ ਐਪੀਸੋਡ ਖਿੜੇ ਮੱਥੇ ਅਤੇ ਦਲੇਰ ਬੀਬੀਆਂ ਦੀ ਟੀਮਸ ਦੇ ਨਾਲ ਸੋ ਅੱਜ ਦਾ ਸਲੋਗਨ ਦਾ ਓਨਲੀ ਪਲੇਸ ਵੇਅਰ ਸਕਸੈਸ ਕਮਸ ਬਿਫੋਰ ਵਰਕ ਇਜ਼ ਇਨ ਦੀ ਡਿਕਸ਼ਨਰੀ ਸੋ ਮਤਲਬ ਸਾਨੂੰ ਮਿਹਨਤ ਕਰਨੀ ਹੀ ਪੈਣੀ ਹੈ ਸਕਸੈਸ ਵਾਸਤੇ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਦੋਨੋਂ ਟੀਮ ਬਹੁਤ ਤਿਆਰੀ ਕਰਕੇ ਆਈਆਂ ਹਨ ਕਿਉਂਕਿ ਇਹ ਪ੍ਰਿਲਿਮਨਰੀ ਰਾਊਂਡਸ 'ਚੋਂ ਇੱਥੇ ਪ੍ਰੋਸੀਡ ਕਰਕੇ ਪੁੱਜੀਆਂ ਹਨ ਸੋ ਦੋਨਾਂ ਨੂੰ ਗੁੱਡ ਵਿਸ਼ਿਸ ਦਿੰਦੇ ਹੋਏ ਮੈਂ ਆਰੰਭ ਕਰਨਾ ਚਾਹਾਂਗਾ ਪ੍ਰੋਗਰਾਮ ਰੂਲਸ ਸ਼ਾਰਟ ਇਚ 10 ਮਾਰਕਸ ਫਾਰ ਈਚ ਕਰੈਕਟ ਆਨਸਰ ਪਾਸ ਹੋਣ 'ਤੇ 5 ਬੋਨਸ ਮਾਰਕਸ ਹਨ 60 ਸੈਕਿੰਡਸ ਦਾ ਟਾਈਮ ਹੈ ਇੱਕ ਲਾਈਫ ਲਾਈਨ ਐਕਸਪਰਟ ਐਡਵਾਈਸ ਦੇ ਰੂਪ ਵਿੱਚ ਆਪ ਜੀ ਪਾਸ ਹਮੇਸ਼ਾ ਅਵੇਲੇਬਲ ਹੈ ਸੋ ਆਪਸ ਵਿੱਚ ਸਾਡੀ ਸਿੰਸੀਅਰ ਐਡਵਾਈਸ ਹੈ ਦੋਨੋਂ ਟੀਮਸ ਡਿਸਕਸ ਕਰਕੇ ਜਵਾਬ ਦੇਣ ਤਾਂ ਕਿ ਆਪ ਜੀ ਗੇਮ ਵਿੱਚ ਬਣੇ ਰਹੋ ਸੋ ਇਜਾਜ਼ਤ ਹੋਵੇ ਦੋਨੋਂ ਟੀਮਾਂ ਦੀ ਤਾਂ ਸ਼ੁਰੂ ਕਰਦੇ ਹਾਂ ਸਾਡੇ ਦਰਸ਼ਕਾਂ ਪਾਸੋਂ ਵੀ ਅਸੀਂ ਇਜਾਜ਼ਤ ਲਵਾਂਗੇ ਔਰ ਆਰੰਭ ਕਰਨੇ ਜਾ ਰਹੇ ਹਾਂ ਪਹਿਲਾ ਕੁਐਸਚਨ ਖਿੜੇ ਮੱਥੇ ਟੀਮ ਲਈ ਸਿੱਖਸ ਇਨ ਨਿਊਜ਼ ਖਬਰਾਂ ਵਿੱਚ ਸਿੱਖ ਲਓ ਜੀ ਇੰਟਰਸਟਿੰਗ ਹੈ ਜੀ ਕੁਐਸਚਨ ਲਓ ਤੁਹਾਡੇ ਲਈ ਆ ਰਿਹਾ ਜੀ ਪਹਿਲਾ ਕੁਐਸਚਨ ਹੂ ਇਜ਼ ਦਾ ਫਸਟ ਯੂਕੇ ਸਿੱਖ FA football referee to officiate at the prestigious USA Cup 2018 in Minneapolis. Minneapolis vikhe American football cup 2018 vich England da keda pehla Sikh referee banega? Padhya ji kidre? Yaad aa reha? Kar lo discuss sama ਸ਼ੁਰੂ ਹੋ ਚੁੱਕਾ ਤੁਹਾਡੀ ਕੜੀ ਸਰਦਾਰ ਕੋਨੀਰ ਸਿੰਘ ਸਰਦਾਰ ਕੋਨੀਰ ਸਿੰਘ ਕੁਨੇਰ ਸਿੰਘ ਹਾਂਜੀ ਕਿਸ ਤਰ੍ਹਾਂ ਸਪੈਲ ਕਰੋਗੇ KOONER ਬਿਲਕੁਲ ਠੀਕ ਹੈ ਜੀ ਜਵਾਬ ਫੁੱਲ 10 ਮਾਰਕਸ ਟੂ ਦਿਸ ਟੀਮ 10 ਨੰਬਰ ਮਿਲ ਗਏ ਨੇ ਇਸ ਟੀਮ ਨੂੰ ਵਧਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ ਸਿੱਖਸ ਇਨ ਨਿਊਜ਼ ਦੇ ਵਿੱਚੋਂ ਹੀ ਹੈ ਜੀ ਦਲੇਰ ਬੀਬੀਆਂ ਵਿੱਚ ਸਟੂਡੈਂਟ ਫਰੋਮ ਅੰਮ੍ਰਿਤਸਰ ਮੇਡ ਇਟ ਟੂ ਦੀ ਇੰਡੀਆ ਬੁੱਕ ਆਫ ਰਿਕਾਰਡਸ ਫਾਰ 100% ਅਟੈਂਡੈਂਸ ਇਨ 13 ਅਕੈਡਮਿਕ ਈਅਰਸ ਪਿਛਲੇ 13 ਸਾਲਾਂ ਵਿੱਚ ਲਗਾਤਾਰ 100% ਹਾਜ਼ਰੀ ਕਾਰਨ ਅੰਮ੍ਰਿਤਸਰ ਦੇ ਕਿਸ ਵਿਦਿਆਰਥੀ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਹੋਇਆ ਹੈ ਪੜ੍ਹਿਆ ਆਪ ਜੀ ਨੇ ਨਿਊਜ਼ 'ਚ ਹਾਂਜੀ ਐਕਸਪਰਟ ਐਡਵਾਈਸ ਲਵਾਂਗੇ ਅਸੀਂ ਐਕਸਪਰਟ ਐਡਵਾਈਸ ਆਪ ਜੀ ਨੂੰ ਇਹਦਾ ਆਨਸਰ ਨਹੀਂ ਪਤਾ ਕੁਐਸਚਨ ਦਾ ਚਲੋ ਐਕਸਪਰਟ ਐਡਵਾਈਸ ਦੀ ਲਾਈਫ ਲਾਈਨ ਆਪ ਜੀ ਯੂਜ਼ ਕਰਨਾ ਚਾਹੁੰਦੇ ਹੋ ਅਤੇ ਦੇਖਦੇ ਹਾਂ ਸਾਡੇ ਨਾਲ ਅੱਜ ਜੁੜ ਰਹੇ ਹਨ ਗੁਲਸ਼ੀਨ ਕੌਰ ਜੀ ਬਰੈਂਪਟਨ ਕੈਨੇਡਾ ਤੋਂ ਸਾਡੇ ਨਾਲ ਜੁੜ ਰਹੇ ਹਨ
मैं गुलशीन कौर जी रिक्वेस्ट करांगा कि इस टीम नू इस क्वेश्चन जेड़ा कि आप जी दे सामने स्क्रीन ते है आप जी पढ़ के इसका ठीक जवाब दसो जी। वाहिगुरु जी का खालसा वाहिगुरु जी की फतेह। इस सवाल का सही जवाब है अवनीत कौर। हाँ जी, गुलशीन कौर जी का कहना है कि ये बच्ची जी ना है अवनीत कौर। कि आप जी कुछ अजिहा ना याद आ रहा सी? नहीं, डाउट लग रहा सी, डाउट सी। चलो ठीक है जी, फिर आप जी उन्होंने इस एडवाइस नाल जाना चाहोगे? हाँ जी। तो आप जी का जवाब भी बिल्कुल ठीक हो गया है। अवनीत कौर ये बच्ची ने 100% अटेंडेंस रखी है जी लास्ट 13 ईयर्स। सो असी मिलकर धन्यवाद कर लिए जी। फिर बहुत बहुत धन्यवाद गुलशीन कौर जी, आप जी शो के नाल जुड़े, शो की शोभा बजाई, थैंक यू सो मच। सो असी वधदे हां जी अपने अगले क्वेश्चन वाल जिहड़ा कि ब्लूमिंग फेसिस खेड़े मत्थे लई आ रहा है हुण उहनां दी स्क्रीन ते। ऑथर ऑफ द बुक, पुस्तक दे लेखक, इहदे विचों दोनों टीम्स नूं टाइटल है जी ऑथर ऑफ द बुक्स। सो तुहाडे लई हुण डायरैक्ट क्वेश्चन जी, गुरमत सुधाकर ते गुरमत प्रभाकर किस लेखक दीआं इतिहासिक लिखतां? गुरमत सुधाकर एंड गुरमत प्रभाकर आर द हिस्टोरिक राइटिंग्स ऑफ विच सिख? हां जी, कान सिंह नाभा। भाई कान सिंह नाभा, तुहाडा भी यही विचार सी? ओ देन यू आर एब्सोल्युटली करेक्ट, फुल 10 मार्क्स भाई कान सिंह जी नाभा जिन्होंने दोनों सुधाकर ते प्रभाकर लिखी है जी। सो 10 नंबर आप जी ने अपनी टीम विच अपनी टीम दे स्कोर जोड़ रहे हैं, सानू बहुत खुशी है। असी वधदे हां जी अगले क्वेश्चन वाल जिहड़ा कि फिर ऑथर ऑफ द बुक आ रहा है जी आप जी दे लई। लो जी हुण आप जी दी स्क्रीन ते, प्रसिद्ध पुस्तक बंदगी नामा किस लेखक दी रचना है? हु इज द राइटर ऑफ द फेमस बुक बंदगी नामा? रघुवीर सिंह बीर दी। सरदार रघुवीर सिंह बीर, दोनों दी राय है जी? हां जी। अच्छा, आप जी ने पढ़ी है उन्हां दी ये बुक? हां जी, बुक नहीं पढ़ी, उन्हां दे बारे पढ़िया। उन्हां दे बारे सरदार रघुवीर सिंह जी दे बारे पढ़िया। सो बिल्कुल ठीक जवाब है जी आप जी का, आप जी ने भी अपने स्कोर 10 मार्क्स जोड़ रहे हैं। असी दर्शकों के ज्ञात लिए दस दईए कि 1,50,000 कॉपीज ऑफ दिस बुक इन 12 एडिशंस हैव बीन पबलिश्ड। बहुत वड्डी प्राप्ति है कि एक पंजाबी की पुस्तक जिहड़ी है इतनी ज़्यादा छपे, मतलब इतनी इंट्रस्टिंग बुक है। सो बहुत वधिया जी, असी वधदे हां अपने अगले क्वेश्चन वाल जिहड़ा कि खिड़े मत्थे टीम लई आ रहा है। डायरैक्ट क्वेश्चन जी खिड़े मत्थे टीम लई, सिखी कोशंट, ठीक है जी, इहदे विचों दोनों टीम्स नूं आणा, 5 प्यारियां विचों कितने प्यारियां ने चमकौर दी गढ़ी विखे शहीदी प्राप्त की? आउट ऑफ 5 प्यारास हाउ मैनी प्यारास वर मार्टियर्ड एट चमकौर दी गढ़ी? घड़ी का ध्यान रखना आप जी ने, है ना जी? क्वेश्चन पास हो सकता है, दूसरी टीम भी रेडी रहे जी। आप जी की लाइफ लाइन जीवित है, हाँ जी, दो प्यारियां ने शहीदी चमकौर की गढ़ी प्राप्त की है। इसका जवाब आप जी ने ठीक नहीं दिता, दो प्यारे नहीं। सो असी वध्या बोनस मार्क्स लिए अगर इस टीम नू इसका जवाब पता है, आप जी नू पता है जी? तीन प्यारे ने शहीदी हुई सी उस वेले। ओके जी, हां जी, ओके। केड़े नाम दस सकदे हो? ओ नाम नहीं पता है, पर भाई दया सिंह जी शहीद हुए सिंह जी, हां जी, एना आईडिया है। आप जी दा जवाब बिल्कुल ठीक है जी, साडे दर्शक भी बहुत सारे जानदे होणगे इस जवाब नू। सो तीन प्यारे भाई मोकम सिंह जी, भाई साहिब सिंह जी और भाई हिम्मत सिंह जी चमकौर दी गढ़ी शहीद होए। सो आप जी ने दया सिंह किया सी कि नहीं होए, इहदा मतलब आप जी नूं कुछ पता सी। 5 बोनस मार्क्स फॉर दिस टीम एंड नो डायरेक्ट क्वेश्चन फॉर दलेर बीबी। सिख क्वेश्चन दे विचों ही है जी, कितने साहिबजादियां दा जन्म आनंदपुर साहिब दी धरती ते होया? हाउ मैनी साहिबजादाज वर बॉर्न एट आनंदपुर साहिब? 3 साहिबजादे। हाँ जी, केड़े? बाबा जोरावर सिंह जी, बाबा जुझार सिंह जी ते बाबा फतेह सिंह जी। ते अजीत सिंह जी दा उत्तर नहीं होया आप जी कहना चाहते हो? हाँ जी। सो आप जी दा जवाब बिल्कुल ठीक है, बाबा जोरावर सिंह, बाबा जुझार सिंह ते बाबा फतेह सिंह, बिल्कुल ठीक है जी। फुल 10 मार्क्स फॉर दिस टीम। असी देखते हाँ इस मौके पर साढ़े दर्शक भी इच्छुक हो गए कि दोनों टीम्स किस स्कोर पर प्ले कर रही हैं। ब्लूमिंग फेसिस ऑन 20 मार्क्स
ਔਰ ਦਲੇਰ ਬੀਬੀਆਂ 35 ਮਾਰਕਸ 'ਤੇ ਪਲੇ ਕਰ ਰਹੀਆਂ ਹਨ। ਅਸੀਂ ਇੱਥੇ ਲਵਾਂਗੇ ਇੱਕ ਛੋਟਾ ਜਿਹਾ ਬ੍ਰੇਕ, ਬ੍ਰੇਕ ਤੋਂ ਬਾਅਦ ਮੇਰੇ ਕੋ ਐਂਕਰ ਵੀਰ ਸਰਦਾਰ ਕੁਲਮੋਹਨ ਸਿੰਘ ਜੀ ਗੇਮ ਨੂੰ ਅੱਗੇ ਕੰਟੀਨਿਊ ਰੱਖਣਗੇ। ਬ੍ਰੇਕ ਦੇ ਵਿੱਚ ਸਾਡੇ ਦਰਸ਼ਕਾਂ ਲਈ ਇੱਕ ਆਡੀਅੰਸ ਕੁਐਸਚਨ ਆ ਰਿਹਾ ਹੈ, ਉਸ ਦਾ ਜਵਾਬ ਦੇ ਕੇ ਆਪ ਜੀ ਆਪਣਾ ਨਾਮ, ਫੋਟੋ ਔਰ ਸ਼ਹਿਰ ਦਾ ਨਾਂ ਸਾਨੂੰ ਲਿਖ ਭੇਜੋ ਤਾਂ ਕਿ ਅਗਲੇ ਹਫ਼ਤੇ ਆਪ ਜੀ ਆਪਣੀ ਫੋਟੋ ਸਕਰੀਨ 'ਤੇ ਦੇਖ ਸਕੋ। ਕਿਧਰੇ ਨਹੀਂ ਜਾਣਾ, ਅਸੀਂ ਛੇਤੀ ਫਿਰ ਆਪ ਜੀ ਦੇ ਰੂਬਰੂ ਆਉਂਦੇ ਹਾਂ। ਥੈਂਕ ਯੂ ਸੋ ਮਚ। ਰਫਤਾਰ ਭਰੀ ਜ਼ਿੰਦਗੀ ਵਿੱਚ ਜ਼ਰੂਰਤ ਹੈ ਸਮੇਂ ਤੋਂ ਅੱਗੇ ਰਹਿਣ ਦੀ। ਤਰੱਕੀ ਦੀ ਰਾਹ ਤੇ ਸਾਥੀਆਂ ਨੂੰ ਨਾਲ ਰੱਖਣ ਦੀ। ਕੌਨਫੀਡੈਂਸ ਹੈ ਦੁਨੀਆ ਸਾਹਮਣੇ ਹਰ ਰੂਪ ਦੇ ਵਿੱਚ ਖੜੇ ਹੋਣ ਦਾ, ਤੇ ਕੌਨਫੀਡੈਂਸ ਮਿਲਦਾ ਹੈ ਸਿਮਕੋ ਤੋਂ। ਸਿਮਕੋ ਸੁਪਰੀਮ ਹੇਅਰ ਫਿਕਸਰ, ਸਿਮਕੋ ਕਲਾਸਿਕ ਹੇਅਰ ਫਿਕਸਰ, ਪਰਸਨੈਲਿਟੀ ਨੂੰ ਨਿਖਾਰਨ ਵਾਲਾ ਭਰੋਸੇਮੰਦ ਸਾਥੀ। ਇਸ ਲਈ ਅੱਜ ਵੀ ਅਨੇਮ ਯੂ ਕੈਨ ਰਿਲਾਈ ਅਪੌਨ ਸਿਮਕੋ। ये क्या सुना रहा है सर? आप लोग मैच खेलने जा रहे हैं ना, इसने कामयाबी की घंटी सुनाई। नया पॉकेट सर्फर रुपीज 1999 से शुरू एंड्रॉइड स्मार्टफोन के साथ एक साल का इंटरनेट फ्री। समीर, वाओ, जस्ट पॉइंट एंड मूव। स्पेशलिस्ट एलईडी टीवी स्मार्ट फीचर्स के साथ, महंगा होगा, खुद देख ले। बेहतरीन पिक्चर, स्टाइलिश डिजाइन, 3 साल की वारंटी। वाइबर The LED TV Specialist. When it's about style, it's Simcoe. Simcoe Swift Power Hairspray in Mega Strong, System Professional and Ultra Strong. Simcoe Swift Power Hairspray. Style begins with it. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਆਡੀਅੰਸ ਕੁਐਸਚਨ ਹੈ, ਭਗਤ ਰਵਿਦਾਸ ਜੀ ਦੀ ਬਾਣੀ ਵਿੱਚ ਆਏ ਸ਼ਬਦ ਬੇਗਮਪੁਰਾ ਦਾ ਕੀ ਅਰਥ ਹੈ? ਆਪ ਜੀ ਆਪਣੇ ਜਵਾਬ ਸਕਰੀਨ 'ਤੇ ਲਿਖੇ ਪ੍ਰੋਸੀਜਰ ਅਨੁਸਾਰ ਸਾਨੂੰ ਭੇਜ ਸਕਦੇ ਹੋ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਤੋਂ ਬਾਅਦ ਅਸੀਂ ਦਰਸ਼ਕਾਂ ਦਾ ਮੁੜ ਤੋਂ ਸਵਾਗਤ ਕਰਦੇ ਹਾਂ ਆਓ ਬਣੀਏ ਗੁਰਸਿੱਖ ਪਿਆਰਾ ਦੇ ਇਸ ਐਪੀਸੋਡ ਦੇ ਵਿੱਚ। ਸੋ ਪ੍ਰਸ਼ਨਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਹੋਇਆਂ ਅਗਲਾ ਪ੍ਰਸ਼ਨ ਖੇੜੇ ਮੱਥੇ ਵਾਸਤੇ, ਖਾਲੀ ਥਾਂ ਭਰੋ, ਸਮਝੀਏ ਫਿਲ ਇਨ ਦੀ ਬਲੈਂਕਸ। ਮਸਤ ਹਾਥੀ ਦਾ ਮੁਕਾਬਲਾ ਕਰਨ ਵਾਲੇ ਭਾਈ ਬਚਿੱਤਰ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ? ਮਸਤ ਹਾਥੀ ਦਾ ਮੁਕਾਬਲਾ ਕਰਨ ਵਾਲੇ ਭਾਈ ਬਚਿੱਤਰ ਸਿੰਘ ਜੀ ਦੇ ਪਿਤਾ ਜੀ ਦਾ ਨਾਂ ਡੈਸ਼ ਸੀ। ਭਾਈ ਮਨੀ ਸਿੰਘ ਜੀ। ਭਾਈ ਮਨੀ ਸਿੰਘ ਜੀ। ਬਹੁਤੀ ਦੇਰ ਲੱਗੀ ਨਹੀਂ ਜਵਾਬ ਦੇਣ 'ਚ। ਇਟਸ ਰਾਈਟ ਆਂਸਰ, ਬਿਲਕੁਲ ਠੀਕ ਉੱਤਰ ਹੈ। ਫੁੱਲ 10 ਮਾਰਕਸ ਟੂ ਯੂ। ਠੀਕ ਹੈ, ਅੱਛਾ ਲੱਗ ਰਿਹਾ। ਸੋ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਭਾਈ ਮਨੀ ਸਿੰਘ ਜੀ ਸ਼ਹੀਦ ਸੀ। ਠੀਕ ਹੈ, ਰਾਈਟ। ਅਗਲਾ ਪ੍ਰਸ਼ਨ ਦਲੇਰ ਬੀਬੀਆਂ ਵਾਸਤੇ, ਭਾਈ ਗੁਰਦਾਸ ਜੀ ਨੇ ਕੁੱਲ ਡੈਸ਼ ਸਵੱਈਏ ਲਿਖੇ, ਅੱਠ ਸਵੱਈਏ।
सॉरी रॉन्ग क्वेश्चन पासिस टू टीम खेड़े मथे 20 सोइए 20 सोइए सॉरी रॉन्ग या तो आप जी ने सही ओदा उत्तर पढ़िया नहीं या याद नहीं रखिया द राइट आंसर भाई गुरदास जी ने कुल 556 सवैये लिखे सो अगला प्रश्न जड़ा है हुन जा रहा है खेड़े मथे वास्ते अगला प्रश्न खेड़े मथे वास्ते इत्थे ये बजर राउंड है दोनों टीमों नू चांस मिल रहा हुन और आप जी नू पता है कि बजर राउंड के अंदर की शर्त है जेड़ी टीम पहला बजर वजाएगी उस नू ही उत्तर देना होएगा और उत्तर ठीक होने दे उत्ते आप जी नू 15 मार्क्स मिलनगे उत्तर गलत होने दे उत्ते आप जी दे 5 मार्क्स माइनस हो जाएंगे सो बजर उदो दबाना है जदों बाणी दी तुक आरंभ हो जावे उस तो पहला बजर वजाओगे तो आप दी नैगेटिव मार्किंग हो जाएगी ध्यान रखना बजर वास्ते बिल्कुल आपने अलर्ट रहना है ठीक सो बजर दी ऑडियो क्लिप ऑन की जाए फरीदा पंख पर होनी दुनी सोहावा बाग सो बजर तुसी पहले दबाया और तुसी ऐसी अगली तुक बोलो जी नौबत वजी सुबह सो चलन काकर साज जी दोनों जने इकट्ठे बोलो एक बारी ते नौबत वजी सुबह सो चलन काकर साज फुल 15 मार्क्स टू यू सो पूरे 15 मार्क्स तुहानू मिलदे ने सो अगली ऑडियो क्लिप ऑन हो रही है और बजर ध्यान नाल बजाना है और बजर तुक शुरू होने तो पहला नहीं ओके नेक्स्ट ऑडियो क्लिप फरीदा मैं जमया दुख मुझको दुख सुबा जग कैमरे ने बड़ा मिन्यूटली चेक करके सानू ये दसिया है कि दोनों टीमां ने इको समय दे उत्ते बजर नू बजाया है हुण साडी जिहड़ी जजिस दी टीम है उन्हें फैसला किया कि इन्हां दोनों कोलों असी जाके आंसर लवांगे जे दोनों का ठीक होया तो दोनों नू मार्क्स बराबर बन देंगे तो जे ना ठीक होया जिहदा वह तो माइनस मार्किंग वाली गल ध्यान रख लेना सोच के हैं ये हो सकता है ठीक है सो हुण मैं तुहाडे कोल आ रहा बहुत हल्की आवाज में तुसी मैनू दसोगे आप जी देखिया ता कर कर एहा अग नतीजा ये है कि दोनों टीमां ने ठीक उत्तर दिता है और असी दोनों टीमां नू 7.5 ते 7.5 नंबर ग्रांट कर रहे हैं सो इस नू अगे तोरदिया होया अगले प्रश्न विजुअल राउंड है और आप नू एक गल दा ध्यान रखना है कि गुरबाणी दी तुक है जो त्यो प्रेम खेलन का चाओ आपने अपने जवाब देन तो पहला बोलना है जे बोलोगे नाल ता बोनस मार्क्स मिलनगे जे आप जी इस तो बगैर बोलोगे और उत्तर ठीक होएगा तो आप जी नू केवल 10 मार्क्स मिलनगे उत्तर गलत होने ते 0 और अगर आप तुक बोल के गलत उत्तर देंदे हो तो माइनस मार्किंग होएगी दोनों वास्ते ये रूल दोबारा नहीं दस्या जाएगा आप ध्यान रखिएगा ठीक है पहला जड़ा विजुअल वो आप जी नू दिखाया जा रहा है खेड़े मत्थे जो तो प्रेम खेलन का चाओ गुरतेज सिंह जी आप इन्हों सरदार गुरतेज सिंह कहते तो अच्छा नहीं लगता सरदार गुरतेज सिंह हाँ द राइट आंसर ही इज डायरेक्टर एट माइक्रोन टेक्नोलॉजी ही हैज मोर पेटेंट्स देन थॉमस एडिसन ही हैज रैक्ड अप 1299 US patents
by the latest count, the 7th most of the anyone in the world in all times. So, agla prashan dileer bibiyan vaste. Chitr bahut pehchaniya ja lag reha hai. Syllabus da hissa hai. Soch ke jawab. जो तो प्रेम खेलन का चाव हरचरण सिंह। It's right answer. Thank God. दोनों टीमों ने बोनस मार्क्स लिए। So, सरदार हरचरण सिंह, फर्स्ट सिख मेजर ऑफ पाकिस्तान आर्मी। आपने पता है कि फर्स्ट मेजर पाकिस्तान आर्मी थे बेच। और सिखी स्वरूप पूर्ण रखिया हुए। सो दोनों टीमों ने अपने वालों बड़ी मेहनत बड़ी शिद्दत नाल प्रश्नों के उत्तर दिते ने और इतों कोई हार के नहीं जा रहा ठीक है जिन्होंने प्रश्नों के उत्तर पता ने पहले ही जितते ने जिन्होंने उत्तर नहीं पता उत्तर जान के जित रहे ने ये इनाम जड़े ने केवल संकेत मात्र ने दलेर बीबिया साढ़े 62 मार्क्स के नाल यानी कि 62.5 मार्क्स के नाल आओ बनिए गुरसिख प्यारा दे अंबैसडर बन के साढ़े कोलों विदायगी लै रहे हैं और खेड़े मत्थे असी सदा दे रहे हैं तुहानू कि तुसी 72.5 यानी कि 72.5 मार्क्स लैके आप जी सैमीफाइनल च प्रवेश कर रहे दोनों टीमां ਨੂੰ ਪਿਆਰ ਅਤੇ ਸਤਿਕਾਰ ਦੇਣ ਵਾਲੇ ਮੈਂ ਬੇਨਤੀ ਕਰਨ ਜਾ ਰਿਹਾ ਆਪਣੇ ਵੀਰ ਕੋ ਐਂਕਰ ਸਾਹਿਬ ਹਰਜਿੰਦਰ ਸਿੰਘ ਜੀ ਨੂੰ ਕਿ ਉਹ ਆਓ ਬਣੀਏ ਗੁਰਸਿੱਖ ਪਿਆਰਾ ਦੀ ਉਸ ਸ਼ਖਸੀਅਤ ਨੂੰ ਸਾਡੇ ਸਾਹਮਣੇ ਲਿਆਉਣ ਜਾ ਰਹੇ ਨੇ ਜਿਨ੍ਹਾਂ ਨੇ ਆਓ ਬਣੀਏ ਗੁਰਸਿੱਖ ਪਿਆਰਾ ਦਾ ਬੂਟਾ ਲਾਇਆ ਔਰ ਅੱਜ 200 ਤੋਂ ਉੱਪਰ ਐਪੀਸੋਡ ਸੰਗਤਾਂ ਜਿਹੜੀਆਂ ਨੇ ਉਹਦੇ ਦਰਸ਼ਨ ਕਰ ਚੁੱਕੀਆਂ ਨੇ ਮੇਰੀ ਮੁਰਾਦ ਸਰਦਾਰ ਕੁਲਦੀਪ ਸਿੰਘ ਜੀ CEO सिमको ग्रुप ऑफ इंडस्ट्रीज वो आ रहे ने और उन्होंने नाल सरदार SS बेदी जी जेडे AGM पंजाब सिंध बैंक वो भी नाल आ रहे ने मैं जी आया कहना सरदार SS बेदी जी AGM पंजाब एंड सिंध बैंक उन्होंने रिक्वेस्ट करांगा कि दलेर बीबिया नू अपने हाथ के नाल सिमको ग्रुप वालों गिफ्ट एम्पर कैश प्राइज वेव वालों वाइबर TV वालों एप्रीसीएशन मोमेंटोस दिते जा रहे हैं आसनसोल तो ये टीम आई है इन्हों के नाल इन्हों के परिवार मैंबर सानू बहुत खुशी है बड़ा दूर का पेंडा तय करके इतने पुजे हैं धन्यवाद है इन्हों का हूँ मैं सरदार कुलदीप सिंह जी CEO सिमको ग्रुप उन्होंने रिक्वेस्ट करने जा रहे हैं जिहड़ी टीम सैमीफाइनल प्रवेश की है उन्होंने अपने हाथ नाल अपने ग्रुप वालों गिफ्ट एम्पर कैश प्राइज वेव वालों और वाइबर TV वालों और नाल ही अपने डाटा विंड वालों एक यूबी स्लेट टैबलेट दे रहे हैं जी प्लीज सरदार कुलदीप सिंह असी चाहवांगे कि अज सर कुलदीप सिंह जी साढ़े नाल जुड़े हुए ने अगर सर कुलदीप सिंह जी दो शब्द जरूर जेड़ा बूटा इन्होंने लाया सी बिल्कुल उस बूटे नू करोड़ों दशकों ने सींच के अज 200 तो उपर एपीसोड चले गए ने आप जी कुछ कहना चाहोगे वाहेगुरु जी का खालसा वाहेगुरु जी की फतेह ਗੁਰੂ ਰੂਪ ਸਾਧ ਸਿੰਘ ਜੀਓ ਮੈਂ ਸਰਦਾਰ ਕੁਲਮੋਹਨ ਸਿੰਘ ਜੀ ਦੀ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਇਸ ਪ੍ਰੋਗਰਾਮ ਨੂੰ ਚੱਲਦਿਆਂ ਅੱਜ 200 ਐਪੀਸੋਡ ਹੋ ਚੁੱਕੇ ਹਨ ਔਰ ਇਹ ਪੋਸੀਬਲ ਹੋ ਪਾਇਆ ਸਿਰਫ ਆਪ ਸੰਗਤਾਂ ਦੇ ਪਿਆਰ ਨਾਲ ਇਸ ਦੇ ਇਲਾਵਾ ਇੱਕ ਗੱਲ ਜਿਹਦੇ ਵਿੱਚ ਮੈਂ ਇਹਨਾਂ ਦੇ ਨਾਲ ਸਹਿਮਤ ਨਹੀਂ ਹਾਂ ਉਹ ਇਹ ਹੈ ਕਿ ਕ੍ਰੈਡਿਟ ਮੈਨੂੰ ਦੇ ਰਹੇ ਨੇ ਜਿਸ ਦਾ ਕਿ ਮੈਂ ਬਿਲਕੁਲ ਹੱਕਦਾਰ ਨਹੀਂ ਹਾਂ ਅਸਲ ਹੱਕਦਾਰ ਇਸ ਦੇ ਸਰਦਾਰ ਕੁਲਮੋਹਨ ਸਿੰਘ ਜੀ ਔਰ ਸਰਦਾਰ ਹਰਜਿੰਦਰ ਸਿੰਘ ਜੀ ਜਿਨ੍ਹਾਂ ਦੀ ਅਣਥਕ ਮਿਹਨਤ ਔਰ ਮੇਰੇ ਕੋਲ ਸ਼ਾਇਦ ਸ਼ਬਦ ਵੀ ਨਹੀਂ ਹਨ ਉਸ ਚੀਜ਼ ਐਕਸਪ੍ਰੈਸ ਕਰਨ ਜੋਗੇ ਇਸ ਮੁਬਾਰਕਬਾਦ ਦੇ ਹੱਕਦਾਰ ਇਹ ਦੋਨੋਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਐਪੀਸੋਡ ਅਸੀਂ ਇੱਥੇ ਸਮਾਪਤ ਕਰਦੇ ਹਾਂ ਆਸਨਸੋਲ ਦੀ ਟੀਮ ਸਾਡੇ ਕੋਲੋਂ ਵਿਦਾਇਗੀ ਲੈ ਰਹੀ ਹੈ ਔਰ ਪਾਣੀਪਤ ਦੀ ਟੀਮ ਜਿਹੜੀ ਹੈ ਪਾਣੀਪਤ ਤੋਂ ਆਈ ਟੀਮ ਜਿਹੜੀ ਹੈ ਉਹ ਸੈਮੀਫਾਈਨਲ 'ਚ ਜਾ ਰਹੀ ਹੈ ਅਗਲੇ ਹਫ਼ਤੇ ਇਸੇ ਚੈਨਲ 'ਤੇ ਇਸੇ ਵੇਲੇ ਫਿਰ ਮਿਲਾਂਗੇ ਅਗਲੇ ਐਪੀਸੋਡ ਦੇ ਨਾਲ ਔਰ ਆਪ ਜੀ ਨੂੰ ਬੇਨਤੀ ਹੈ ਕਿ ਆਪ ਫੇਸਬੁੱਕ 'ਤੇ ਜਾ ਕੇ ਆਪਣੇ ਸੁਝਾਅ ਸਾਨੂੰ ਭੇਜਣ ਦੀ ਕਿਰਪਾਲਤਾ ਕਰੋ ਤੁਹਾਡੇ ਸੁਝਾਵਾਂ ਨਾਲ ਇਹ ਪ੍ਰੋਗਰਾਮ ਹੋਰ ਬਿਹਤਰ ਹੁੰਦਾ ਜਾਏਗਾ ਔਰ ਯੂਟਿਊਬ ਦੇ ਉੱਤੇ
ਸਾਰੇ ਦੇ ਸਾਰੇ ਐਪੀਸੋਡ ਅਪਲੋਡ ਕਰ ਦਿੱਤੇ ਗਏ ਨੇ। ਜਦੋਂ ਕਦੀ ਆਪ ਸੋਚੋ ਕਿ ਆਓ ਬਣੀਏ ਗੁਰਸਿੱਖ ਪਿਆਰਾ ਦੇਖਣਾ ਹੈ, ਆਪ ਜਾ ਕੇ ਯੂਟਿਊਬ 'ਤੇ ਦੇਖ ਸਕਦੇ ਹੋ। ਦਿਓ ਇਜਾਜ਼ਤ, ਆਪਣਾ ਧਿਆਨ ਰੱਖਿਓ, ਅਗਲੇ ਹਫ਼ਤੇ ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।